ਮੁੱਖ ਮੰਤਰੀ ਸਾਹਿਬ, ਅਕਾਲ ਤਖਤ ਸਾਹਿਬ ਮਹਾਨ ਹੈ ਅਤੇ ਦੇਸ਼ ਵਿਦੇਸ਼ 'ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਨੂੰ ਜਵਾਬ ਦੇ ਹੈ ਅਤੇ ਉਹਨਾਂ ਦਾ ਜੋ ਵੀ ਆਦੇਸ਼ ਹੈ ਉਹ ਸਾਡੇ ਸਿਰ ਮੱਥੇ ਹੈ। ਪਰ ਤੁਸੀਂ ਇਹ ਭਾਵਨਾ ਕਦੇ ਸਮਝ ਨਹੀਂ ਸਕਦੇ ਕਿਉਂਕਿ ਤੁਸੀਂ ਦਿੱਲੀ ਦੇ ਵੱਡੇ ਅਤੇ ਛੋਟੇ ਤਖਤ ਦੇ ਗੁਲਾਮ। ਮੇਰਾ ਤੁਹਾਨੂੰ ਸਪਸ਼ਟ ਸਵਾਲ ਹੈ ਕਿ ਅੱਜ ਪੰਜਾਬ ਦਾ ਮਸਲਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰਨ ਦੀ ਗੱਲ ਕਰਦੀ ਸੀ, ਤੁਸੀਂ ਕਿਹਾ ਜੀ ਅੱਜ ਸਾਡੇ ਕੋਲ 25 ਬੰਦੇ ਨੇ। ਸਵਾਲ ਤਾਂ ਇਹ ਉੱਠਦਾ ਕਿ ਭਗਵੰਤ ਮਾਨ ਕੋਲ 25 MLA ਹੈ ਕਿ ਸਾਰੇ ਕੇਜਰੀਵਾਲ ਦੇ ਮਗਰ ਲੱਗ ਕੇ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਉਣਾ ਚਾਹੁੰਦੇ। ਪੰਜਾਬ ਦੇ ਮੁੱਦਿਆਂ 'ਤੇ ਆਓ, ਅਸਲ ਪੰਜਾਬ ਦੇ ਮੁੱਦੇ ਕੀ ਨੇ? ਮੁੱਦੇ ਇਹ ਨੇ ਕਿ ਪੰਜਾਬ ਦੇ ਵਿੱਚੋਂ ਪ੍ਰੋਜੈਕਟ ਬੰਦ ਹੋ ਕੇ ਬਾਹਰ ਜਾ ਰਹੇ ਨੇ, ਉਹਦਾ ਕਾਰਨ ਹੈ ਕਿ ਉਰੇ ਗੈਂਗਸਟਰ ਫਰੌਤੀਆਂ ਮੰਗਦੇ ਨੇ, ਕਤਲ ਹੋ ਰਹੇ ਨੇ। NHAI ਨੇ 3,263 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਬੰਦ ਕਰਤੇ, ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ, ਇਹ ਪੰਜਾਬ ਦਾ ਮੁੱਦਾ। ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਠਾਣੇ 'ਚੋਂ, ਖਰੜ 'ਚੋਂ, ਤੁਹਾਡੀ ਨੱਕ ਨੀਚੇ ਠਾਣਾ, ਉਹ ਉੱਥੇ ਇੰਟਰਵਿਊ ਹੋ ਜਾਣੀ, ਇਹ ਪੰਜਾਬ ਦਾ ਮਸਲਾ ਕਿਹਦੀ ਜਵਾਬਦੇਹੀ ਇਸ ਗੱਲ 'ਤੇ? SYL 'ਤੇ ਤੁਹਾਡਾ ਪੰਜਾਬ ਵਿਰੋਧੀ ਸਟੈਂਡ, ਇਹ ਪੰਜਾਬ ਦਾ ਮਸਲਾ। ਡੇਰਾ ਮੁਖੀ ਨੂੰ ਜਿਹੜੀ 295 ਦੀ ਸੈਂਕਸ਼ਨ ਤੁਸੀਂ 3 ਸਾਲ ਤੋਂ ਸਮਝੌਤੇ ਤਹਿਤ ਰੋਕ ਕੇ ਬੈਠੇ ਹੋ, ਇਹ ਪੰਜਾਬ ਦਾ ਮਸਲਾ। ਬੇਅਦਬੀ ਕੇਸਾਂ ਦੀ ਟ੍ਰਾਇਲ ਪੰਜਾਬ ਤੋਂ ਬਾਹਰ ਚਲੀ ਜਾਣੀ, ਤੁਹਾਡੀ ਸਹਿਮਤੀ ਨਾਲ ਸਟੇ ਹੋ ਜਾਣੀ, ਇਹ ਪੰਜਾਬ ਦਾ ਮਸਲਾ। ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਡਰੱਗ ਰੈਕਟ ਫੜਿਆ ਜਾਣਾ, ਮੁੱਖ ਮੰਤਰੀ ਸਾਹਿਬ, ਇਹ ਪੰਜਾਬ ਦਾ ਮਸਲਾ। DGP ਨੂੰ ਹਾਈਕੋਰਟ ਬੁਲਾ ਕੇ ਹਾਈਕੋਰਟ ਮਾਫ਼ੀ ਮੰਗਾਵੇ ਅਤੇ ਗੱਲ ਕਹੇ ਕਿ ਇਸ ਤਰੀਕੇ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਨਸ਼ਾ ਵਿਕਾਰੀ ਹੈ, ਇਹ ਪੰਜਾਬ ਦਾ ਮਸਲਾ। ਬਿਜਲੀ ਬੋਰਡ ਫੇਲ ਹੋ ਗਿਆ, ਡਿਵੈਲਪਮੈਂਟ ਕੋਈ ਪੰਜਾਬ ਦੇ ਵਿੱਚ ਹੋ ਨਹੀਂ ਰਹੀ, ਕਰਜ਼ਾ 3 ਲੱਖ ਕਰੋੜ ਨੂੰ ਪਾਰ ਕਰ ਗਿਆ, ਇਹ ਪੰਜਾਬ ਦੇ ਪੱਖ ਦੇ ਮੁੱਦੇ ਨੇ। ਅਤੇ ਤੁਸੀਂ ਕਿਹਦੀ ਗੱਲ ਕਰਨਾ ਚਾਹੁੰਦੇ ਹੋ? ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ? ਮੈਨੂੰ ਇਹ ਗੱਲ ਦੱਸ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਿਵੈਲਪਮੈਂਟ ਮਾਡਲ ਕੀ ਤੁਹਾਨੂੰ ਸੌਣ ਨਹੀਂ ਦਿੰਦਾ? ਕਿ ਤੁਹਾਨੂੰ ਬਾਦਲ ਪਰਿਵਾਰ ਤੋਂ ਡਰ ਲੱਗਦਾ? ਤੁਸੀਂ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾ ਕੇ ਆਪਣੀ ਮਾੜੀ ਕਾਰਗੁਜ਼ਾਰੀ ਛੁਪਾ ਨਹੀਂ ਸਕਦੇ। ਮੁੱਖ ਮੰਤਰੀ ਸਾਹਿਬ, ਤੁਹਾਡਾ 2022 ਦੇ ਵਿੱਚ ਝੂਠ ਚੱਲ ਗਿਆ, ਲੋਕਾਂ ਨੂੰ ਲੱਗਦਾ ਸੀ ਪਤਾ ਨਹੀਂ ਭਗਵੰਤ ਮਾਨ ਤਾਂ ਮੁੱਖ ਮੰਤਰੀ ਬਣ ਕੇ ਕੀ ਕਰਦੂ, ਪਰ 3 ਸਾਲ ਦਾ ਤੁਹਾਡੇ ਫੇਲੀਅਰ ਨੇ ਸਾਬਤ ਕਰਤਾ ਕਿ ਤੁਸੀਂ ਸਟੇਜ ਹੀ ਚਲਾ ਸਕਦੇ ਹੋ, ਸਟੇਟ ਨਾਲ ਤੁਹਾਡਾ ਕੋਈ ਸਰੋਕਾਰ ਨਹੀਂ। ਸੋ ਪੰਜਾਬ ਦੇ ਮੁੱਦਿਆਂ 'ਤੇ ਆ ਕੇ ਜਵਾਬ ਦਿਓ। ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈ, 18 ਸਾਲ ਰਾਜ ਕੀਤਾ, ਸੇਵਾ ਕੀਤੀ ਹੈ ਲੋਕਾਂ ਦੀ, ਅਤੇ ਲੋਕ ਪ੍ਰਵਾਨ ਕਰਨਗੇ, ਦੁਬਾਰਾ ਵੀ ਸੇਵਾ ਕਰਾਂਗੇ। ਪਰ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ, ਇਹ 1 ਟਾਈਮ ਬਲੰਡਰ ਸੀ ਪੰਜਾਬ ਦੀ, ਇਹਨੇ ਹੁਣ ਮੁੜ ਕੇ ਕਦੇ ਪੰਜਾਬ ਦੇ ਵਿੱਚ ਨਹੀਂ ਆਉਣਾ। ਸੋ ਜਿਹੜੇ 2 ਸਾਲ ਰਹਿ ਗਏ, ਕੰਮ ਕਰਕੇ ਦਿਖਾਓ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।